ਉਹਦੀ ਜ਼ਾਤ ਨਾਲ। ਉਹ ਕਿਹੜਾ ਕੀ ਮੌਲਾ ਤੈਨੂੰ ਤਰਸ ਹੀ ਨਹੀਂ ਆਇਆ ਵੇ ਮੌਲਾ ਤੈਨੂੰ ਤਰਸ ਹੀ ਨਹੀਂ ਆਇਆ। ਉਹ ਇੱਕ ਬੋਲ ਇਹ ਮੇਰਾ ਖੈਰ ਵਾਲੀਅਮ ਨੰਬਰ ਮੇਰਾ 33 ਜਾਂ 34 ਸੁਣੇ ਸੈੱਟ ਕੀਤਾ ਹੈ। ਉਹ ਮੈਂ ਤਾਂ ਆਪਣੀ ਮਜ਼ਬੂਰੀ ਤੋਂ ਸੁਣਾਇਆ ਨਾ ਜਾ ਕੇ ਉਹਨੂੰ। ਉਹ ਡਾਕਟਰਾਂ 'ਚ ਮੈਨੂੰ ਦੋ ਤਿੰਨ ਜਗ੍ਹਾ ਮੈਨੂੰ ਜਵਾਬ ਦੇ ਦਿੱਤਾ ਪਹਿਚਾਣ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੈਨੂੰ ਬਿਮਾਰੀ ਕੀ ਅਤੇ ਅੱਲਾ ਹੀ ਜਾਣਦਾ। ਉਹ ਮੈਂ ਫਿਰ ਜਲਦੀ ਜਲਦੀ ਜਾ ਕੇ ਕੀਤਾ ਅਤੇ ਮੈਂ ਇੱਕ ਬੋਲ ਮੇਰੇ ਅੱਖਾਂ 'ਤੇ ਆਏ ਉਹ ਮੈਂ ਜਾ ਕੇ ਲਿਖੇ ਨੇ। ਇਹ ਦੁਨੀਆ ਮਿੱਟੀ ਦੇ ਭਾਂਡੇ ਤੇ ਕਈ ਬਣਦੇ ਤੇ ਕਈ ਪੀਂਦੇ ਕਈ ਨਾਲ ਸਲੂਕ ਦੇ ਰਹਿਣ ਇੱਥੇ ਤੇ ਕਈ ਇੱਕ ਦੂਜੇ ਲਿਖਦੇ ਸਾਜਨ ਜਿਹਨੂੰ ਮਰਜ਼ੀ ਸ਼ਕਤੀ ਉੱਥੇ ਜਗ ਤੋਂ ਵੱਖਰੇ ਰਹਿੰਦੇ। ਮੈਂ ਕਿਹਾ ਵੇ ਮੌਲਾ ਭਰੋਸਾ ਤਾਂ ਮੇਰਾ ਕੋਈ ਨਹੀਂ ਪਰ ਤੈਨੂੰ ਤਰਸ ਕਿਉਂ ਨਹੀਂ ਆਇਆ। ਹੁਣ ਤੇ ਮੇਰੇ ਯਾਰ ਦੇ ਵੇਖਣ ਦਾ ਟਾਈਮ ਹੈ, ਹੁਣ ਤੇ ਵਸਲ ਦਾ ਟਾਈਮ ਹੈ, ਯਾਰ ਦੇ ਕਦਮਾਂ ਤੇ ਸਿਰ ਰੱਖ ਕੇ ਮਨਾਉਣ ਦਾ ਟਾਈਮ ਹੈ ਤੇ ਤੈਨੂੰ ਤਰਸ ਨਹੀਂ ਆਇਆ ਕੀ
मैं रुकी थी, लेकिन मैंने गवाह रखी है। Yeah.
ਇਸਨੂੰ ਸਾਡਾ ਮਾਣ ਰਿਹਾ ਕੋਈ ਕੰਮ ਕਰੇਗਾ।